ਗੁਰਮੁਖ ਪਿਆਰਿਓ ਆਪਾਂ ਜ਼ਿੰਦਗੀ ਦੇ ਵਿੱਚ ਇਹ ਦੋ ਚੀਜ਼ਾਂ ਕਦੀ ਨਹੀਂ ਕਰਲੀਆਂ ਇਹਨਾਂ ਤੋਂ ਗੁਰੇਜ਼ ਕਰੀਏ ਇਹਨਾਂ ਨੂੰ ਬੰਦ ਕਰੀਏ ਸ਼ਾਇਦ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਨਾ ਕਰਨ ਤੇ ਸੁਖਾਲੀ ਹੋ ਜਾਵੇ ਸੋ ਪਿਆਰਿਓ ਕੁਝ ਬੇਨਤੀਆਂ ਨੂੰ ਆਪਾਂ ਸਮਝਣਾ ਹੈ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਹਾਰਿਓ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਸੋ ਪਿਆਰਿਓ ਆਪਾਂ ਫਲਸਫੇ ਨੂੰ ਸਮਝੀਏ ਜੋ ਸਤਿਗੁਰ ਨੇ ਸਾਨੂੰ ਦਿੱਤਾ ਹੈ। ਪਾਤਸ਼ਾਹ ਕਹਿੰਦੇ ਨੇ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਪਿਆਰਿਓ ਪਾਤਸ਼ਾਹ ਕਹਿੰਦੇ ਜਿਸ ਨੇ ਤੈਨੂੰ ਸਾਜਿਆ ਹੈ ਸਵਾਰਿਆ ਹੈ ਹਰ ਸਿਮਰ ਹੋਏ ਉਧਾਰ ਤੂੰ ਜੇ ਉਹਦਾ ਸਿਮਰਨ ਕਰੇਗਾ ਤੇਰਾ ਉਧਾਰ ਤੈਉ ਹੋਣਾ ਹੈ ਦੂਜੀ ਗੱਲ ਪਾਤਸ਼ਾਹ ਨੇ ਵੀ ਕਿਹਾ ਪਾਤਸ਼ਾਹ ਕਹਿੰਦੇ ਜਿਉ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਪਾਤਸ਼ਾਹ ਕਹਿੰਦੇ ਨੇ ਜਿਉ ਤੈਨੂੰ ਜਿੰਦ ਦਿੱਤੀ ਪਿੰਡ ਪਿੰਡ ਦਾ ਅਰਥ ਹੁੰਦਾ ਹੈ ਸਰੀਰ ਇਹ ਸਰੀਰ ਦਿੱਤਾ ਖਾਣ ਪੀਣ ਪਹਿਨਣ ਦੇ ਲਈ ਵੀ ਤੈਨੂੰ ਦਿੱਤਾ ਹਰ ਇੱਕ ਚੀਜ਼ ਹਰ ਇੱਕ ਵਸਤੂ ਤੈਨੂੰ ਦਿੱਤੀ ਪਿਆਰਿਆ ਯਾਦ ਰੱਖੀ ਇਹ ਜੋ ਸਭ ਕੁਝ ਤੇਰੇ ਪਾਸ ਹੈ ਇਹ ਸਭ ਕੁਝ ਗੁਰੂ ਦਾ ਹੀ ਹੈ ਇਹ ਸਭ ਕੁਝ ਪਾਤਸ਼ਾਹ ਦਾ ਹੀ ਹੈ ਤੇਰਾ ਕੁਝ ਵੀ ਨਹੀਂ ਹੈ ਜੇ ਤੂੰ ਸਮਝੇ ਆ ਪੈਸਾ ਆ ਧਨ ਦੌਲਤ ਮੇਰਾ ਕਮਾਇਆ ਹੋਇਆ ਇਹ ਮੇਰਾ ਹੈ ਮੇਰੀ ਮਿਹਨਤ ਦਾ ਹੈ ਯਾਦ ਰੱਖੀ ਇਹ ਗੁਰੂ ਨੇ ਹੀ ਬਖਸ਼ਿਸ਼ ਕੀਤਾ ਹੋਇਆ ਹੈ ਤੇ ਇਹ ਵੀ ਗੱਲ ਯਾਦ ਰੱਖੀ ਪਾਤਸ਼ਾਹ ਕਹਿੰਦੇ ਨੇ ਕੀੜਾ ਥਾਪ ਦੇ ਪਾਤਸ਼ਾਹੀ ਲੱਖ ਲਸ਼ਕਰ ਕਰੇ ਸੁਆਹਾ ਕਹਿੰਦੇ ਨੇ ਕੀੜੇ ਨੂੰ ਬਣਾ ਕੇ ਉਹ ਪਾਤਸ਼ਾਹੀ ਦੇ ਸਕਦੇ ਨੇ ਬਾਦਸ਼ਾਹ ਬਣਾ ਸਕਦੇ ਨੇ ਤਖਤ ਦੇ ਬਣਾ ਸਕਦੇ ਨੇ ਇੱਕ ਕੀੜੇ ਤੋਂ ਰਾਜ ਕਰਵਾ ਸਕਦੇ ਨੇ ਯਾਦ ਰੱਖੀ ਲੱਖ ਲਸ਼ਕਰਾਂ ਵਾਲੇ ਰਾਜੇ ਵੀ ਕਿਉਂ ਨਾ ਹੋਣ ਲੱਖਾਂ ਲਸ਼ਕਰ ਤੇਰੇ ਨਾਲ ਕਿਉਂ ਨਾ ਚੱਲਦੇ ਹੋਣ ਸਤਿਗੁਰੂ ਉਹਨਾਂ ਨੂੰ ਸੁਆਹਾ ਕਰਨ ਦੀ ਵੀ ਸਮਰੱਥਾ ਰੱਖਦੇ ਨੇ ਇਹ ਗੱਲ ਹਮੇਸ਼ਾ ਯਾਦ ਰੱਖੀਂ ਸਾਥ ਸੰਗਤ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੇ ਭੁਲੇਖੇ ਪਤਾ ਕੀ ਨੇ ਮੈਂ ਕੀਤਾ ਮੈਂ ਕਰ ਰਿਆਂ ਮੇਰੇ ਸਿਰ ਤੇ ਚੱਲ ਰਿਹਾ ਸਭ ਤੋਂ ਪਹਿਲੀ ਚੀਜ਼ ਸਤਿਗੁਰੂ ਕਹਿੰਦੇ ਇਹ ਸਭ ਤੋਂ ਵੱਡਾ ਭੁਲੇਖਾ ਹੈ ਇਸ ਭੁਲੇਖੇ ਦੇ ਵਿੱਚੋਂ ਜਿੰਨੀ ਛੇਤੀ ਆਪਾਂ ਨਿਕਲ ਆਵਾਂਗੇ ਓਨਾ ਹੀ ਸਾਡਾ ਫਾਇਦਾ ਹੈ ਇਸ ਭੁਲੇਖੇ ਦੇ ਵਿੱਚੋਂ ਜਿੰਨੀ ਛੇਤੀ ਅਸੀਂ ਆਜ਼ਾਦ ਹੋਵਾਂਗੇ ਓਨਾ ਹੀ ਵਧੀਆ ਹੈ ਚੰਗਾ ਹੈ ਸਾਥ ਸੰਗਤ ਜਿੰਨੀ ਛੇਤੀ ਹੋਵੇ ਉਨੀ ਛੇਤੀ ਇਸ ਭਲੇਖੇ ਜੋ ਬਾਹਰ ਆਈਏ ਮੈਂ ਕੀਤਾ ਇਹ ਨਾ ਸਮਝਿਓ ਮੈਂ ਕੀਤਾ ਤੇ ਸਾਥ ਸੰਗਤ ਤੇ ਗੁਰੂ ਕਰਵਾਉਣ ਵਾਲਾ ਹੈ ਆ ਧਨ ਦੌਲਤ ਜੇ ਕਰੋੜਾਂ ਰੁਪਈਆ ਤੇਰੇ ਕੋਲ ਹੈ ਯਾਦ ਰੱਖਿਓ ਸਾਡੇ ਦੇਸ਼ ਵਿੱਚ ਮਕੇਸ਼ ਅੰਬਾਨੀ ਅਡਾਨੀ ਵਰਗੇ ਹੋਰ ਜਿੰਨੇ ਵੀ ਨੇ ਜਿੰਨੇ ਅਰਬਪਤੀ ਬੰਦੇ ਨੇ ਕਰੋੜਾਂ ਅਰਬ ਰੁਪਈਆ ਖਰਬਾ ਰੁਪਈਆ ਜਿਨ੍ਹਾਂ ਦੇ ਪਾਸ ਹੈ ਇਹ ਵੀ ਪਰਮਾਤਮਾ ਨੇ ਹੀ ਉਹਨਾਂ ਨੂੰ ਦਿੱਤਾ ਹੋਇਆ ਜੇ ਉਹ ਚਾਵੇ ਇਹੋ ਜੇ ਬੰਦਿਆ ਨੂੰ ਮਿੰਟ ਵਿੱਚ ਮਿੱਟੀ ਜਮਲਾ ਸਕਦਾ ਹੈ ਪਰ ਉਹ ਸਹੀ ਸਮਾਂ ਆਉਣ ਤੇ ਕਰਦਾ ਹੈ ਵੱਡੇ ਵੱਡੇ ਫਿਲਮ ਸਟਾਰ ਸਭ ਕੁਝ ਉਹਦੇ ਪਾਣੇ ਵਿੱਚ ਨੇ ਜੇ ਉਹ ਚਾਵੇ ਤਾਂ ਇਹਨਾਂ ਤੋਂ ਕਾਦੀਆਂ ਪ੍ਰਾਪਤੀਆਂ ਖੋਹ ਸਕਦਾ ਹੈ ਸਦਾ ਹੀ ਨਹੀਂ ਵੀ ਸਦਾ ਹੀ ਕਿਸੇ ਦਾ ਨਾਂ ਚੱਲਦਾ ਰਹਿੰਦਾ ਅੱਜ ਚੱਲ ਰਿਹਾ ਹੈ 10 ਸਾਲਾਂ ਨੂੰ ਨਹੀਂ ਵੀ ਹੋ ਸਕਦਾ ਬੰਦਾ ਹੀ ਨਾ ਰਵੇ ਸਾਡੇ ਸਾਹਮਣੇ ਹੋਇਆ ਹੀ ਹੈ ਨਾ ਜੀ ਕਹਿਣ ਤੋਂ ਪਹਿਲਾਂ ਆਪ ਸਭ ਤੋਂ ਵੱਡਾ ਭਰਮ ਹੈ ਵੀ ਮੈਂ ਕਰ ਰਿਆਂ ਮੇਰੇ ਸਿਰ ਤੇ ਚੱਲ ਰਿਆ ਮੇਰਾ ਹੈ ਇਹ ਸਭ ਤੋਂ ਵੱਡਾ ਭੁਲੇਖਾ ਹੈ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਿਏ ਫਰਸ਼ਾ ਕਹਿੰਦੇ ਨੇ ਜਵ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਿਵੇਂ ਮੇਰੀ ਮੇਰੀ ਕਰਦਾ ਹੈ ਮੇਰਾ ਮੈਂ ਕੀਤਾ ਮੈਂ ਕੀਤਾ ਪਾਦਸ਼ਾਹ ਕਹਿੰਦੇ ਕੁਛ ਵੀ ਨਹੀਂ ਕਰ ਸਕਦਾ ਤੂੰ ਇੱਕ ਦਿਨ ਇਹੋ ਜਿਹਾ ਦਿਨ ਜ਼ਰੂਰ ਆਏਗਾ ਜਿਸ ਦਿਨ ਤੈਨੂੰ ਪਾਦਸ਼ਾਹ ਪੁੱਛਣਗੇ ਹਾਂ ਭਾਈ ਕੀ ਕੀਤਾ ਤੂੰ ਕਰ ਸਕਦਾ ਹੈ ਜਾਂ ਕਰਕੇ ਦਿਖਾ ਜ਼ਿੰਦਗੀ ਜ਼ਰੂਰ ਇਹੋ ਜਿਹਾ ਵਕਤ ਲਿਆਉਂਦੀ ਹੈ ਜੇ ਕਵੇ ਵੀ ਤੇਰਾ ਹੀ ਤੇਰਾ ਹੈ ਪਾਦਸ਼ਾਹ ਕਹਿੰਦੇ ਜਬ ਮੇਰੀ ਮੇਰੀ ਮਿਟ ਜਾਏ ਤਬ ਰਬ ਕਾਜ ਸਵਾਰ ਹੈ ਆਏ ਜਦੋਂ ਮੇਰੀ ਮੈਂ ਮੇਰੀ ਦੀ ਭਾਵਨਾ ਅੰਦਰੋਂ ਮਿਟ ਜਾਏ ਸਤਿਗੁਰੂ ਕਹਿੰਦੇ ਨੇ ਉਦੋਂ ਫਿਰ ਪ੍ਰਭੂ ਆਪ ਆਉਂਦੇ ਨੇ ਫਿਰ ਕਾਜ ਸਵਾਰਦੇ ਨੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਉਸ ਵਕਤ ਫਿਰ ਮਹਿਰਾਮਤ ਕਰਦੇ ਨੇ ਸਤਿਗੁਰੂ ਆਪ ਕਾਜ ਸਵਾਰਦੇ ਨੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਭਾਈ ਡਰਨਾ ਕਵਰਾ ਨਾ ਸਭ ਕੁਝ ਪਰਮਾਤਮਾ ਦਾ ਹੈ ਉਹ ਕਰਨਹਾਰਾ ਹੈ ਉਸੇ ਨੇ ਹੀ ਕਰਨਾ ਹੈ ਤੈਨੂੰ ਡਰਨ ਦੀ ਤੈਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੂੰ ਡਰ ਨਾ ਤੂੰ ਘਬਰਾ ਨਾ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੂੰ ਕਿਸੇ ਗੱਲਾਂ ਨਾਲ ਡਰ ਤੂੰ ਕਿਸੇ ਗੱਲਾਂ ਨਾਲ ਘਬਰਾ ਸੋ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਅਜ਼ੇਹੀ ਕਿਰਪਾ ਕੀਤੀ ਸਤਗੁਰ ਸੱਚੇ ਪਾਤਸ਼ਾਹ ਨੇ ਅਜ਼ੇਹੀ ਰਹਿਮਤ ਕੀਤੀ ਆਪਾਂ ਤੇ ਉਹਦਾ ਸ਼ੁਕਰਾਨਾ ਕਰ ਦੇਣਾ ਥੱਕੀਏ ਜੋ ਕੁਛ ਆਪਣੇ ਪਾਸ ਹੈ ਹੁਣ ਦੂਜੀ ਬੇਨਤੀ ਸਰ ਸੰਗਤ ਸਭ ਤੋਂ ਵੱਡਾ ਭੁਲੇਖਾ ਹੁੰਦਾ ਵੀ ਮੈਂ ਨਹੀਂ ਕਰ ਸਕਦਾ ਇੱਕ ਤੇ ਭੁਲੇਖਾ ਹੈ ਵੀ ਮੈਂ ਕਰ ਰਿਆਂ ਮੇਰੇ ਸਿਰਤੀ ਚੱਲ ਰਿਆ ਮੈਂ ਕੀਤਾ ਮੈਂ ਕੀਤਾ ਮੈਂ ਮੈਂ ਹੀ ਹੋਈ ਜਾਂਦੀ ਹੈ ਇੱਕ ਹੁੰਦਾ ਵੀ ਮੈਂ ਨਹੀਂ ਕਰ ਸਕਦਾ ਮੈਂ ਨਹੀਂ ਕਰ ਸਕਦਾ ਮੇ ਤੋਂ ਨਹੀਂ ਹੋਣਾ ਜੇ ਗੁਰੂ ਦੀ ਕਿਰਪਾ ਹੋ ਜਾਏ ਜੇ ਰਹਿਮਤ ਹੋ ਜਾਏ ਤੇ ਸਤਗੁਰੂ ਤੇ ਪਹਾੜਾਂ ਨੂੰ ਵੀ ਪਰ 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 ਜਿਹੜੇ ਨੇ ਸਤਗੁਰੂ ਪਾਰ ਕਰਵਾ ਸਕਦੇ ਨੇ ਪਿੰਗਲ ਪਰਬਤ ਪਾਰ ਪਰੇਖਲ ਚਤੁਰ ਬਕੀਤਾ ਪੜਿਆ ਕਰੋ ਕਦੇ ਪੰਗਤੀ ਇਹ ਸਤਗੁਰੂ ਕਹਿੰਦੇ ਪਿੰਗਲੇ ਤੋਂ ਵੀ ਪਹਾੜਾਂ ਦਾ ਸਫ਼ਰ ਤੈਅ ਕਰਾ ਸਕਦੇ ਨੇ ਜੇ ਸਤਗੁਰੂ ਅਬਦੀ ਆਈ ਤੇ ਹੁਣ ਜੇ ਉਹਦੀ ਕਿਰਪਾ ਹੋ ਜਾਏ ਜੇ ਉਹਦੀ ਮਿਹਰ ਹੋ ਜਾਏ ਕਿਉਂਕਿ ਉਹ ਕੀ ਹੈ ਖਾਵ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਜਿੱਥੇ ਉਹਦੇ ਕੋਲੇ ਬਖਸ਼ਿਸ਼ਾਂ ਦਾ ਭੰਡਾਰ ਪਿਆ ਉਹਦੇ ਕੋਲੇ ਇਹੋ ਜੀਆਂ ਕਰਾਮਾਤਾਂ ਦਾ ਵੀ ਭੰਡਾਰ ਪਿਆ ਪਿਆਰਿਓ ਜਿੰਨੀਆਂ ਮਰਜ਼ੀ ਅਸੀਂ ਉਹਦੇ ਤੋਂ ਲਈਏ ਤੇ ਯਾਦ ਰੱਖਿਓ ਉਹ ਭੰਡਾਰ ਖਤਮ ਨਹੀਂ ਹੁੰਦਾ ਉਹ ਭੰਡਾਰ ਨਹੀਂ ਮੁਕਦਾ ਇਹ ਹਮੇਸ਼ਾ ਯਾਦ ਰੱਖਿਆ ਜੀ ਉਹ ਭੰਡਾਰ ਨਹੀਂ ਮੁਕੇਗਾ ਕਦੇ ਵੀ ਦੂਜੀ ਬੇਨਤੀ ਜੇ ਆਪਾਂ ਕੋਸ਼ਿਸ਼ ਕਰੀਏ ਕਈਏ ਵੀ ਸਤਿਗੁਰੂ ਤੂੰ ਕਰਵਾਉਣ ਵਾਲਾ ਮੈਂ ਕੌਣ ਐ ਭਾਈ ਬਚਿੱਤਰ ਸਿੰਘ ਸਿੰਗਲ ਸਰੀਰ ਦਾ ਬੇਨਤੀ ਕਰਾਂ ਜਿਹਦਾ ਬਹੁਤ ਮਾੜਾ ਜਿਹਾ ਸਰੀਰ ਹੈ ਸਤਿਗੁਰੂ ਵੈਸੇ ਹੀ ਕਹਿ ਦਿੰਦੇ ਨੇ ਕਿ ਭਾਈ ਬਚਿੱਤਰ ਸਿੰਘ ਕਾਲੂ ਤੇ ਨੇ ਹਾਥੀ ਨਾਲ ਲੜਨਾ ਹੈ ਮੌਕੇ ਤੇ ਐਨ ਤਿਆਰ ਕਰਦੇ ਨੇ ਤੇ 사ਤ ਸੰਗਤ ਭਾਈ ਬਚਿੱਤਰ ਸਿੰਘ ਹੱਥ ਜੋੜ ਕੇ ਖੜ ਜਾਂਦਾ ਕਹਿੰਦਾ ਸਤਿਗੁਰੂ ਮੈਂ ਨਹੀਂ ਲੜ ਸਕਦਾ ਹਾਂ ਜੇ ਤੁਹਾਡੀ ਕਿਰਪਾ ਰਹਿਮਤ ਭਰਿਆ ਹੱਥ ਮੇਰੇ ਤੇ ਹੋਇਆ ਤੇ ਮੈਂ ਜ਼ਰੂਰ ਕਰ ਸਕਦਾ ਸਤਿਗੁਰੂ ਆਪਣਾ ਮੇਰ ਭਰਿਆ ਹੱਥ ਰੱਖਿਓ ਤੇ ਯਾਦ ਰੱਖਿਓ ਭਾਈ ਬਚਿੱਤਰ ਸਿੰਘ ਨੂੰ ਅੱਜ ਕੌਣ ਨਹੀਂ ਜਾਣਦਾ ਇੱਕ ਖੋਨੀ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਕੇ ਉਸ ਹਾਥੀ ਨੂੰ ਵੀ ਚਿਤ ਕਰ ਦਿੱਤਾ ਉਹ ਗੁਰੂ ਦੀ ਕਿਰਪਾ ਉਹ ਨਾਗਣੀ ਵਿੱਚ ਕਰਾਮਾਤ ਨਹੀਂ ਸੀ ਭਾਈ ਬਚੱਤਰ ਸਿੰਘ ਵਿੱਚ ਕਰਾਮਾਤ ਨਹੀਂ ਸੀ ਭਾਈ ਬਚੱਤਰ ਸਿੰਘ ਦੇ ਪਿੱਛੇ ਜੋ ਅਸਲੀ ਸ਼ਕਤੀ ਸੀ ਉਹਦੇ ਹਿਰਦੇ ਵਿੱਚ ਜੋ ਭਾਵਨਾ ਸੀ ਉਹ ਗੁਰੂ ਦੀ ਸੀ ਗੁਰੂ ਨੇ ਆਪ ਕੀਤਾ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਿਏ ਦੋ ਚੀਜ਼ਾਂ ਮੈਂ ਕਰ ਰਿਹਾ ਇਹ ਭਲੇਖੇ ਚੋਂ ਨਿਕਲੀਏ ਮੈਂ ਨਹੀਂ ਕਰ ਸਕਦਾ ਇਹਦੇ ਵਿੱਚੋਂ ਬਾਹਰ ਨਿਕਲੀਏ ਗੁਰੂ ਅਗੇ ਅਰਦਾਸ ਕਰਿਆ ਕਰੀਏ ਜਦੋਂ ਮਨ ਡੋਲੇ ਫੇਰ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ